उस तो बाद पौड़ी चढ़ जाने आओ आप थोड़ा जा गर्म करिए कन्नी तेरी सोच दे कन्नी तेरी सोच दे कांग्रेस पार्टी आशीर्वाद लैन वास्ते हाजिर होए और आस करते भी आपका हाथ आपके भरा के सिर के उत्ते रख के जो निशाना जो मकसद लैके तुरे सच्चे पातशाह आप कामयाबी बख्शे और पांच साल पहलों भी तुहें आपका भरपूर प्यार आशीर्वाद और हर चीज दे नाल तनो मनो ते तनो मदद करके एक पंजाब दे जे रिकॉर्ड तोड़ जिहड़ी आ उह जित हासिल करवाई रहिंदी दुनिया तक जिहड़े रिकॉर्ड बन जाण उह टुटदे नहीं हुंदे उह तों वड्डा बणाईए फिर ही उह टुटदा सो इतिहास दे विच हल्के खेम करन दे कांग्रसियां दा हल्के खेम करन दे पंचां सरपंचां ते नदड़क जरनैलां दा 2017 दीआं चोणां तों बाद नाम सुनहरी अखरां दे विच लिखिआ गिआ। 5 साल दा मौका मिलिआ तुहाडी सेवा करन दा। परमात्मा नूं हाजर नाजर जाण के गल करदा मैं कोई लैक्चरबाजी जां कोई भाषणबाजी नहीं करना क्योंकि आपदे वड्डे भरा दे घर आपके बजुर्गों के कोल दिल दियां गल्लां करन वास्ते है। तुसीं भली भगती जानदे जे जदों सरकार बनी बड़ा जोश ते बड़ियां आसां उम्मीदां सी उस टाइम दे मुख्यमंत्री कैप्टन अमरिंदर सिंह कोल। तुहानूं पता मेरा जे सारे एसी एमएलए दा हिसाब किताब लाईए ते जिहड़े 5-7-10 वध ਉਹਦੇ ਨੇ ਡੀਕੇ ਐਮਐਲਏ ਸੀ ਕੋਰੋਨਾ ਚ ਕੋਈ ਵੀ ਕੰਮ ਕੁਛ ਵੀ ਹੁੰਦਾ ਸੀ ਬਹੁ ਫੜ ਕੇ ਕਰਾ ਲਈਦਾ ਸੀ ਚਾਹੇ ਡੀਸੀ ਜੀ ਤੇ ਭਾਵੇਂ ਐਸਐਸਪੀ ਜਿਹੜਾ ਕਹਿੰਦਾ ਸੀ ਉਹ ਲਵਾਈਦਾ ਪਰ ਹੌਲੀ ਹੌਲੀ ਸਿਆਸਤਾਂ ਕਰਵਟ ਲੈਂਦੀਆਂ ਰਹੀਆਂ ਮਾਹੌਲ ਬਦਲਦੇ ਰਹੇ ਪਰ ਉਹਦਾ ਸੇਕ ਜਿਹੜਾ ਵਾ ਉਹ ਥੱਲੇ ਤੱਕ ਪਹੁੰਚਦਾ ਰਿਹਾ ਕਿਉਂਕਿ ਉਧਰਲੇ ਲੈਵਲ ਤੇ ਜਦੋਂ ਸਮਝੌਤੇ ਹੀ ਹੋ ਗਏ ਅੱਜ ਤੋਂ ਬਾਅਦ ਮੈਂ ਸਿਆਸਤ ਨਹੀਂ ਕਰਨੀ ਤੇ ਵਿਰੋਧੀਆਂ ਨੂੰ ਗੱਦੀ ਤੇ ਬਿਠਾਉਣ ਲਈ ਸਾਰੀਆਂ ਰਣਨੀਤੀਆਂ ਤਿਆਰ ਹੋ ਗਈਆਂ। ਇਹ ਗੱਲਾਂ ਸਮਝਦੇ ਸਮਝਦੇ ਸਾਲ ਡੇਢ ਸਾਲ ਸਭ ਨੂੰ ਲੱਗਾ ਕੀ ਹੋ ਕੀ ਰਿਹਾ ਤੇ ਕਿਉਂ ਸਾਡੇ ਬੰਦੇ ਜਿਹੜੇ ਪਰੇਸ਼ਾਨ ਹੋਣ ਡਿਆ ਸਾਡੇ ਲਾਇਸੈਂਸ ਕਿਉਂ ਨਹੀਂ ਬਣ ਡਿਆ ਸਾਡੇ ਟਰਾਂਸਫਾਰਮਰ ਕਿਉਂ ਨਹੀਂ ਚੜਨ ਡਿਆ ਸਾਡੇ ਰਾਹ ਕਿਉਂ ਨਹੀਂ ਪੱਕੇ ਹੋਣ ਡਿਆ। ਅਫਸਰ ਸਾਈ ਜਿਹੜੀ ਆ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਵਰਕਰਾਂ ਨੂੰ ਜਿਹੜੀਆਂ ਜਲੀਲ ਕਿਉਂ ਕਰਨ ਡਈ ਕਿਉਂਕਿ ਜੋ ਉੱਤੋਂ ਹੁਕਮ ਆਉਂਦੇ ਸੀ ਉਹ ਥੱਲਿਓਂ ਤੱਕ ਉਹੀ ਮੰਨੇ ਜਾਂਦੇ ਸੀ ਔਰ ਇਸ ਚੀਜ਼ ਨੂੰ ਲੈ ਕੇ ਜਿਹੜਾ ਬੁੱਕ ਬਲਾਟ ਸੀ ਉਹ ਕੱਢਣ ਨੂੰ ਭਰਾਉ ਥਾਂ ਨਹੀਂ ਲੱਭਦੀ ਕਿਤੇ ਕਿਉਂਕਿ ਕਿਤੇ ਕੋਈ ਸੁਣਵਾਈ ਕੋਈ ਪੇਸ਼ ਨਹੀਂ ਜਾਂਦੀ ਕਿਤੇ ਵਪਾਰੀ ਸਾਹਿਬ ਵੀ ਮੇਰੇ ਨਾਲ ਲੜਦੇ ਸੀ ਪੈਨ ਸਾਹਿਬ ਵੀ ਮੇਰੇ ਨਾਲ ਲੜਦੇ ਸੀ ਮੇਰੀ ਸ਼ਮਸ਼ਾਨ ਘਾਟ ਕਿਉਂ ਨੀ ਮੇਰਾ ਬਣਾਉਂਦਾ ਮੇਰੀ ਆਹ ਨੀ ਬਣਨ ਵਾਲੀ ਮੇਰੀ ਉਹ ਨੀ ਬਣਨ ਵਾਲੀ
ਉਹੀ ਸੱਚੇ ਸੀ ਆਪਦੀ ਥਾਂ ਤੇ ਅਸੀਂ ਵੀ ਸੱਚੇ ਸੀ ਪਰ ਅਸੀਂ ਜਾ ਕੇ ਜਿਹਦੇ ਕੋਲ ਰੋਣਾ ਸੀ ਜਿਹਦੇ ਨਾਲ ਗੱਲ ਕਰਨੀ ਸੀ ਉਹ ਸਾਡਾ ਬੰਦਾ ਝੂਠਾ ਸੀ ਤੋ ਇਸ ਕਰਕੇ ਆ ਜਿੰਨਾ ਕੁਛ ਵੀ ਆ ਚੱਲਿਆ ਜਿੰਨੇ ਵੀ ਬਲ ਬਲਵੇ ਉੱਠੇ ਆ ਜਿੰਨੀਆਂ ਵੀ ਨਾਰਾਜ਼ਗੀਆਂ ਵਾ ਮੈਂ ਕਿਸੇ ਦੇ ਸਿਰ ਤੇ ਨਹੀਂ ਪਾਉਂਦਾ ਸਿਰਫ ਹਾਲਾਤਾਂ ਨੂੰ ਤੁਹਾਨੂੰ ਜਾਣੂ ਕਰਾ ਰਿਹਾ ਉਹ ਸਾਰੀਆਂ ਦੇ ਸਾਰੀਆਂ ਮੇਰੇ ਸਿਰ ਮੱਥੇ ਉਹ ਸਾਰਿਆਂ ਦੀਆਂ ਸਾਰੀਆਂ ਮੇਰੇ ਸਿਰ ਮੱਥੇ ਆ ਮੇਰੀ ਜ਼ਿੰਮੇਵਾਰੀ ਸੀ ਮੈਂ ਰੋਂਦਾ ਕਲਪਦਾ ਲੜਦਾ ਘੁਲਦਾ ਜੋ ਮਰਜ਼ੀ ਕਰਦਾ ਤੁਸੀਂ ਮੈਨੂੰ ਮੌਕਾ ਦਿੱਤਾ ਸੀ ਤੇ ਜ਼ਿੰਮੇਵਾਰੀ ਮੈਂ ਸੀ ਜੋ ਭਾਜੀ ਨੇ ਗੱਲ ਕਹੀ ਮੈਂ ਕੋਈ ਕਿਸੇ ਦੇ ਉੱਤੇ ਨੀ ਕਹਿੰਦਾ ਵੀ ਹਰ ਗੱਲ ਦੇ ਦਸ ਚ ਕੀ ਕਹਿੰਦੇ ਹੁੰਦੇ ਆ ਉਹਦੇ ਉਹ ਨਿਕਲ ਸਕਦੇ ਜਵਾਬ ਪਰ ਕੋਈ ਜਵਾਬ ਨਹੀਂ ਸਿਰਫ ਇੱਕੋ ਹੀ ਜਵਾਬ ਆ ਵੀ ਸੱਚੇ ਦਿਲੋਂ ਮੇਰੇ ਮਨ ਚ ਕੋਈ ਕਸਰ ਨਹੀਂ ਸੀ ਹੈਗੀ ਤੇ ਨਾ ਹੀ ਗਾਂਹ ਰਹੂਗੀ ਜਿੱਥੇ ਹੁਕਮ ਲਾਓਗੇ ਜਿੱਥੇ ਪੈਰਾ ਦਓਗੇ ਉੱਥੇ ਲੱਤ ਕੱਢ ਕੇ ਤੁਹਾਡੇ ਨਾਲ ਖਲੋਗੇ ਗੁਰੂ ਮਹਾਰਾਜ ਜੀ ਇਹ ਸ਼ਾਨੋ ਸ਼ੌਕਤਾਂ ਇਹ ਤਾਕਤਾਂ ਹੌਸਲੇ ਔਰ ਇੱਕ ਸੱਚੀ ਔਰ ਸੱਚਾਈ ਦੀ ਸੋਚ ਬਖਸ਼ਦਾ ਤੇ ਜਿੱਥੇ ਸਰਦਾਰ ਆਸੋ ਸਾਡਾ ਦਲੇਰੀ ਪਰਿਵਾਰ ਸਾਡਾ ਮਾੜੀ ਮਹਿੰਗੇ ਵਾਲੇ ਸਾਡੇ ਡਾਕਟਰ ਸਾਹਿਬ ਤੀਜੀ ਤੀਜੀ ਚੌਥੀ ਚੌਥੀ ਪੀੜ੍ਹੀ ਦੀ ਗੱਲ ਕਰਨਾ ਇੱਧਰ ਬੈਠੇ ਜਾਂ ਇੱਧਰ ਬੈਠੇ ਸਾਰਿਆਂ ਨਾਲ ਇੱਕੋ ਹੀ ਆਪਣੇ ਸੰਬੰਧ ਹੈ ਉਹ ਕਿਉਂ ਆ ਭਲਾ ਕਿਉਂ ਤੀਜੀ ਤੀਜੀ ਚੌਥੀ ਚੌਥੀ ਪੀੜ੍ਹੀ ਤੋਂ ਅੱਜ ਅੱਗੇ ਤੀਜੀ ਪੀੜ੍ਹੀ ਚ ਮੈਂ ਖਲੋਤਾ ਚੌਥੀ ਚ ਮੇਰਾ ਬੇਟਾ ਜ਼ਰਾਵਰ ਵੀ ਤੁਹਾਡੇ ਵਿੱਚ ਆ ਰਿਹਾ ਤੁਸੀਂ ਬੜਾ ਆਸ਼ੀਰਵਾਦ ਤੇ ਪਿਆਰ ਦੇ ਰਹੇ ਜੇ ਕਿਉਂ ਭਲਾ ਕੋਈ ਤੇ ਗੁਣ ਹੋਊਗਾ ਸਾਡੇ ਚ ਵੀ ਕਿ ਨਹੀਂ ਐਪ ਤੇ ਚਲੋ 3600 ਵਾ ਕੱਢ ਸਕਦੇ ਟੈਲੀਫੋਨ ਨਹੀਂ ਚੁੱਕਿਆ ਮਿਲਿਆ ਨਹੀਂ ਗਾ ਐ ਨਹੀਂ ਗਾ ਉਹ ਨਹੀਂ ਗਾ ਕਿਉਂ ਇੰਦਰ ਵੀ ਕੁਛ ਤੇ ਹੋਊਗਾ ਨਾ ਜਦੋਂ ਤੋਂ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ 52 ਚ ਸੰਵਿਧਾਨ ਬਣਿਆ ਮੇਰੇ ਦਾਦਾ ਜੀ ਸਰਦਾਰ ਗੁਰਮੇਜ ਸਿੰਘ ਲਗਾਤਾਰ ਬਲਾਕ ਸਮਿਤੀ ਦੇ ਚੇਅਰਮੈਨ ਤੁਰੇ ਆਉਂਦੇ ਪਿਤਾ ਜੀ ਸਰਪੰਚ ਬਣੇ ਫਿਰ ਟਿਕਟ ਮੰਗਦੇ ਰਹੇ 92 ਚ ਟਿਕਟ ਮਿਲੀ ਤੁਸੀਂ ਬੜਾ ਸਤਿਕਾਰ ਤੇ ਪਿਆਰ ਦਿੱਤਾ MLA ਬਣੇ 92 ਤੋਂ 22 ਆ ਗਈ 7ਵੀਂ ਵਾਰੀ ਅੱਜ ਤੁਹਾਡੇ ਦਰਬਾਰ ਚ ਆ ਕੇ ਤੁਹਾਡੇ ਨੱਕ ਮਸਤਕ ਹੋਣ ਵਾਸਤੇ ਆਏ 7ਵੀਂ ਵਾਰੀ ਕੋਈ ਤੇ ਕਰਤੂਤ ਹੋਊਗੀ ਨਾ ਕੁਛ ਤੇ ਪੱਲੇ ਹੋਊਗਾ ਨਾ ਸੋ 100 ਨੁਕਸ ਕੱਢ ਲਓ 100 ਕਮੀਆਂ ਕੱਢ ਲਓ ਬਿਲਕੁਲ ਜਾਇਜ਼ ਆ ਸਾਰੀ ਸਿਰ ਮੱਥੇ ਦਿਨ ਬ ਦਿਨ ਔਲੀ ਬਦੌਲੀ ਸਾਰੀਆਂ ਦਰੁਸਤ ਕਰਾਂਗੇ ਪਰ ਇੱਕ ਗੱਲ ਯਾਦ ਰੱਖਿਓ ਇਹਨਾਂ 5 ਸਾਲਾਂ ਚ ਮੈਂ ਜਾਣਦਾ ਮੈਂ ਆਪਦੇ ਪਰਮਾਤਮਾ ਨੂੰ ਆਦਰ ਨਾਲ ਜਾਣ ਕੇ ਜਾਣਦਾ ਕਿਸੇ ਨਾਲ ਮੈਂ ਧੋਖਾ ਨਹੀਂ ਕੀਤਾ ਕਿਸੇ ਨਾਲ ਠੱਗੀ ਠੋਰੀ ਨਹੀਂ ਕਿਸੇ ਨਾਲ ਮਾਰੀ ਕਿਸੇ ਨਾਲ ਝੂਠਾ ਪਰਚਾ ਨਹੀਂ ਕਰਾਇਆ ਆ ਸਾਰੇ ਪੰਡਾਲ ਚ ਇੱਕ ਜਣਾ ਬਾਂਹ ਖੜ ਕੇ ਕਹਦੇ ਮੈਨੂੰ ਗੁਲਾਰਾ ਲੱਭਾ ਲਾਇਆ ਸੀ ਤੇ ਮੇਰਾ ਪੂਰਾ ਨਹੀਂ ਕੀਤਾ ਸੁਰਪਾਲ ਸਿੰਘ ਮੈਂ ਅੱਜ ਹੀ ਇਲੈਕਸ਼ਨ ਛੱਡ ਦੂੰਗਾ ਸਭ ਤੋਂ ਵੱਡੀ ਚੀਜ਼ ਕੀ ਆ ਕੀ ਆ ਸਭ ਤੋਂ ਵੱਡੀ ਚੀਜ਼ ਸਭ ਤੋਂ ਵੱਡੀ ਚੀਜ਼ ਕੀ ਆ ਸਭ ਤੋਂ ਵੱਡੀ ਚੀਜ਼ ਆ ਵਿਸ਼ਵਾਸ ਜਿੱਤਣਾ ਅੱਜ ਤੁਸੀਂ ਇੰਨੇ ਜਾਣੇ ਭੱਜੇ ਫਿਰਦੇ ਜੇ ਮੋਟਰਸਾਈਕਲ ਤੇ ਮੋਟਰਸਾਈਕਲ ਲਾਇਆ ਨੌਜਵਾਨ ਅਮੀਰ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੰਡੇ ਬੰਨ ਕੇ ਕਿਹਾ ਵੀ ਨਹੀਂ ਕਿਸੇ ਨੂੰ ਹੁੰਦਾ ਪਤਾ ਵੀ ਨਹੀਂ ਹੁੰਦਾ ਪਰ ਆਪ ਹੀ ਪਾਰਟੀ ਦਾ ਜੋਸ਼ ਤੇ ਜਜ਼ਬਾ ਕਾਹਦੇ ਵਾਸਤੇ ਕਿਉਂ ਦਿਨ ਰਾਤ ਇੱਕ ਤੇ ਕੀਤੀ ਪੂਰੇ ਮੁਲਕ ਨੇ ਯਾਰ ਸਾਰਿਆਂ ਨੂੰ ਤਕੜੇ ਹੋ ਗਏ ਆਪਾਂ ਪਾਰਟੀ ਦਾ ਕੱਲਾ ਕੱਲਾ ਇੱਕ ਵਰਕਰ ਵੀ ਟੁੱਟਦਾ ਕੋਈ ਨਾਰਾਜ਼ ਹੁੰਦਾ ਭੱਜ ਭੱਜ ਜਾਂਦੇ ਹੁੰਦੇ ਆ ਸਾਰੇ ਯਾਰ ਇਹਨੂੰ ਮਨਾਈਏ ਸਾਡਾ ਭਰਾ ਵਾ ਸਾਡਾ ਸਾਥੀ ਹੈ ਸਾਥ ਸਹਿਯੋਗ ਦੇ ਨਾਲ ਕਿਹਦੇ ਵਾਸਤੇ ਇੱਕ ਵਿਸ਼ਵਾਸ ਹੈ ਨਾ ਇੱਕ ਪਾਰਟੀ ਦੇ ਉੱਤੇ ਇੱਕ ਆਪਾਂ ਪਲੈਟਫਾਰਮ ਤੇ ਖੜੇ ਇੱਕ ਵਿਸ਼ਵਾਸ ਦੇ ਉੱਤੇ ਵੀ ਯਾਰ ਸੱਚੇ ਪਾਤਸ਼ਾਹ ਕਿਰਪਾ ਕਰੂਗੀ ਤੇ ਆਪਣੀ ਸਾਰਿਆਂ ਦੀ ਚੜ੍ਹਦੀ ਕਲਾ ਹੋਊਗੀ ਸਾਰਿਆਂ ਦੀ ਚੌਧਰ ਹੋਊਗੀ ਸਾਰਿਆਂ ਨੂੰ ਮਾਨ ਸਤਿਕਾਰ ਮਿਲੂਗਾ ਤੇ ਮੇਰੇ ਇਕੱਲੇ ਦਾ ਨਹੀਂ ਜੇ ਮੈਂ ਜਿੱਤਦਾ ਇਸ ਚੀਜ਼ ਦਾ ਜਿਹੜਾ ਸਿਹਰਾ ਜਿਹੜਾ ਤਾਜ ਆ ਉਹ ਅਖੀਰ ਤੋਂ ਲੈ ਕੇ ਤੇ ਇੱਥੋਂ ਤੱਕ ਜਿੰਨੇ ਮੇਰੇ ਭਰਾ ਬੈਠੇ ਸਾਰਿਆਂ ਦੇ ਸੱਚੇ ਪੱਜਣ ਸੋ ਅੱਗੇ ਵੀ ਮੈਂ ਜ਼ਿਕਰ ਕੀਤਾ ਕਿਉਂਕਿ ਉਸ ਦਿਨ ਭਾਜੀ ਹਰੇ ਨਹੀਂ ਸੀ ਆਏ ਪਿੰਡ ਸੀਗੇ ਦਰਿਆ ਸਾਹਿਬ ਵੀ ਨਹੀਂ ਸੀ ਆਏ ਕੁਛ ਸਾਰੇ ਜਣ ਮੈਂ ਮਹਮੂਦਪੁਰ ਨੇ ਜਿਵੇਂ ਇੱਦਾਂ ਘਰੇ ਬੈਠੇ ਉਦਣ ਗੱਲਾਂ ਕੀਤੀਆਂ ਫਿਰ ਦੁਬਾਰਾ ਦੱਸਦਾ ਸ਼ਾਇਦ ਕੁਛ ਲੋਕਾਂ ਨੂੰ ਨਹੀਂ ਪਤਾ ਹੋਣਗੀਆਂ ਵੀ ਹੋਇਆ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਸੀ ਹਲਕੇ ਦੀ ਕੀ ਸਿਆਸਤ ਚੱਲ ਰਹੀ ਸੀ ਪਿੰਡ ਦਾ ਕੋਈ ਵੀ ਮੋਤਬਾਰ
लसेंस ते बड़ी दूर की गल है, किसी का आधार कार्ड नहीं बना सकता, किसी का राशन कार्ड नहीं बना सकता। अकाली दल के राज लोग गरीब जिहड़े लोड़वंद परिवार से बड़े जलील होंदे सी। ਇਹ ਕੋਈ ਅਕਾਲੀ ਸਰਪੰਚ ਤੇ ਨਹੀਂ ਸੀ ਜਾਣਾ ਚਾਹੁੰਦਾ, 250 ਰੁਪਇਆ ਪੈਨਸ਼ਨ ਮਿਲਦੀ ਸੀ, ਸਰਪੰਚ 50-70 ਅੰਗੂਠਿਆਂ ਤੇ ਲਾਉਂਦਾ ਸੀ, 2-3 ਵੰਡ ਦਿੰਦਾ ਫਿਰ ਨਹੀਂ ਦਿੰਦਾ। ਮੈਂ ਸੋਚਿਆ ਵੀ ਕੋਈ ਵੱਖਰਾ ਐਤਕੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤਾਂ ਵੱਖਰਾ ਕੰਮ ਕਰਨਾ, ਇਹੋ ਜਿਹਾ ਮਾਹੌਲ ਬਣਾਉਣਾ ਵੀ ਯਾਰ ਕਿਸੇ ਨੂੰ ਲੋੜ ਨਾ ਪਵੇ। ਜਿਹੜਾ ਲੋੜਵੰਦ ਪਰਿਵਾਰ ਜਿਹੜਾ ਗਰੀਬ ਆ, ਗੁਰੂ ਮਹਾਰਾਜ ਨੇ ਜਿਹਨੂੰ ਸੱਚੇ ਪਾਤਸ਼ਾਹ ਨੇ ਮਾਰ ਮਾਰੀ ਆ, ਉਹਨੂੰ ਸਰਕਾਰ ਵੱਲੋਂ ਜਾਂ ਕਿਸੇ ਸਾਡੇ ਵੱਲੋਂ ਕੋਈ ਦੁੱਖ ਨਹੀਂ ਲਾਉਣਾ ਚਾਹੀਦਾ। ਔਰ ਜਿੱਦਣ MLA ਬਣ ਗਿਆ 17 ਦੇ ਵਿੱਚ, ਚਾਹੇ ਸਾਡੇ ਵਾਲ ਬੈਠੇ ਆ ਪਿੱਛੇ, ਸਾਰੇ ਸਾਡੇ ਪਿੰਡਾਂ ਦੇ ਉੱਤੇ ਬੈਠੇ ਆ, ਮੈਂ ਇੱਕੋ ਗੱਲ ਕੀਤੀ ਕਿ ਜਿਹੜਾ ਲੋੜਵੰਦ ਜੇ ਉਹਨੂੰ ਬਣਦਾ ਹੱਕ, ਉਹਨੂੰ ਬਣਦਾ ਉਹਦਾ ਮਾਨ ਸਨਮਾਨ, ਉਹ ਦੇਣਾ ਤੁਹਾਡੀ ਜ਼ਿੰਮੇਵਾਰੀ। ਔਰ ਚਾਹੇ ਸਾਡਾ DSP ਸੀ, ਚਾਹੇ BDO ਸੀ, ਚਾਹੇ ਤਹਿਸੀਲਦਾਰ ਸੀ, ਜਿੰਨੇ ਚਾਰੇ ਪੰਜ ਸਾਡੇ ਥਾਣੇਦਾਰ, ਉਹਨਾਂ ਨੂੰ ਹਦਾਇਤ ਕੀ ਦਿੱਤੀ ਵੀ ਜਿਹੜਾ ਸਾਡਾ ਕਾਂਗਰਸ ਦਾ ਪੰਚ ਸਰਪੰਚ ਜਾਂ ਅਹੁਦੇਦਾਰ ਆਉਂਦਾ ਤਾਂ ਸਮਝ ਲਓ MLA ਆਇਆ ਤੁਹਾਡੇ ਕੋਲ। ਮੇਰੇ ਟੈਲੀਫੋਨ ਦੀ ਲੋੜ ਨਾ ਪਵੇ ਉਹਨੂੰ ਕਰਨ ਦੀ, ਮੇਰੇ ਤੋਂ ਸਿਫਾਰਿਸ਼ ਕਰਨ ਦੀ ਲੋੜ ਨਾ ਪਵੇ ਉਹਨੂੰ, MLA ਜਿੰਨਾ ਮਾਨ ਸਤਿਕਾਰ ਦੇਣਾ ਔਰ ਉਹਦਾ ਬਣਦਾ ਕੰਮ ਕਰਕੇ ਚਾਹ ਪਾਣੀ ਪਿਆ ਕੇ ਤੁਰਨਾ, ਇਹ ਮੇਰੀ ਖਲੋਤੀ ਹਦਾਇਤ ਸੀ, ਇਹ ਸੋਚ ਸੀ ਮੇਰੀ। ਪਰ ਜਿਵੇਂ ਆਦਤਾਂ ਸਾਰਿਆਂ ਨੂੰ ਪਈਆਂ ਸੀ ਵੀ ਜਿੰਨਾ ਚਿਰ MLA ਨਾਲ ਗੱਲ ਨਹੀਂ ਹੁੰਦੀ ਉਹਨਾਂ ਚਿਰ ਸਵਾਦ ਨਹੀਂ ਆਉਂਦਾ, ਕੋਈ ਗੱਲ ਨੀ, ਚੰਗੀ ਗੱਲ, ਮੈਂ ਉਦੋਂ ਵੀ ਮਾਫ਼ੀ ਮੰਗੀ ਸਾਰਿਆਂ ਤੋਂ ਫਿਰ ਮੈਂ ਬਦਲ ਦੂੰਗਾ। ਮੈਨੂੰ ਕੀ, ਮੈਂ ਤੇ ਚਾਹੁੰਦਾ ਵੀ ਤੁਸੀਂ ਖੁਸ਼ ਕਿਵੇਂ ਹੋਣਾ, ਮੈਂ ਕੀ ਲੈਣਾ ਬੱਲੇ ਬੱਲੇ ਜੋ ਹੈ, ਮੈਂ ਇਕੱਲਾ ਬੱਲੇ ਬੱਲੇ ਲੈ ਕੇ ਕੀ ਕਰੂੰਗਾ ਜੇ ਤੁਸੀਂ ਸਾਰੇ ਨਾਰਾਜ਼ ਜਨਾ। ਇਕੱਲਾ ਇਕੱਲਾ ਪ੍ਰੋਜੈਕਟ 5-4 ਕੰਮ ਜਿਹਦੇ ਨਾਲ MLA ਬਣੇ, ਮੈਂ ਸੋਚਿਆ ਵੀ ਯਾਰ 5-4 ਕੰਮ ਨਾ ਲੱਗ ਕੇ ਜਿਹੋ ਜਿਹੇ ਕਰਾਉਣੇ ਤੇ ਬਾਕੀ ਹਲਕਿਆਂ ਨਾਲ ਵੱਖਰੇ ਹੋਣ। ਆਹ ਸੜਕ ਦੇ ਪਿੱਛੇ ਪੈਰ ਹੈ, ਸੀ ਪੈਡ ਦੇ ਪਿੱਛੇ ਪੈਰ ਹੈ, ਕਾਲਜ ਦੇ ਪਿੱਛੇ ਪੈਰ ਹੈ, ਸਬ ਡਿਵੀਜ਼ਨ ਦਾ ਕੰਮ ਆਪਣਾ ਪੈਂਡਿੰਗ ਹੈ, ਖਰੜੇ ਤੋਂ ਹਰੀਕੇ ਦਾ ਆਪਣਾ ਖੇਮ ਕਰਨ ਤੋਂ ਜਿਹੜੀ ਪੱਟੀ ਮੋੜ ਨੂੰ ਸੜਕ, ਵੱਡੀਆਂ ਵੱਡੀਆਂ ਸੜਕਾਂ ਚ ਮੋਟਾ ਮੋਟਾ ਹਿਸਾਬ ਕਿਤਾਬ ਲਾਈਏ ਕਿ ਕਿੰਨਾ ਕੁ ਪੈਸਾ ਲੱਗਾ ਹੋਊਗਾ। 1,000 ਕਰੋੜ ਰੁਪਇਆ ਮੈਂ ਲੈ ਕੇ ਆਇਆ, 1,000 ਕਰੋੜ, 200-200 ਕਰੋੜ ਦੇ ਪ੍ਰੋਜੈਕਟ ਪੁੱਜਣ ਵਾਲਾ। ਮੇਰੀ ਸੋਚ ਸੀ ਵੀ ਯਾਰ ਜੇ ਮੌਕਾ ਮਿਲਿਆ ਫਿਰ ਜਦੋਂ ਪਰਮਾਤਮਾ ਕਰੂਗਾ ਸੱਚੇ ਪਾਤਸ਼ਾਹ ਨੇ ਤੁਸੀਂ ਦੇਣਾ, ਪਰ ਕੋਈ ਇਹੋ ਜਿਹਾ ਕੰਮ ਕਰੀਏ ਵੀ ਲੋਕੀ ਰਹਿੰਦੀ ਦੁਨੀਆਂ ਤੱਕ ਯਾਦ ਕਰਨ। 100 ਤੇ ਵਪਾਰੀ ਸਾਹਿਬ ਕਿੰਨੇ ਲੱਗੇ, 188 ਕਰੋੜ ਰੁਪਇਆ ਉੱਥੇ ਲੱਗਾ ਪੁੱਜਣ। 100 ਪਿੰਡਾਂ ਨੂੰ ਆਪਣੇ ਹਲਕਿਆਂ ਨੂੰ ਪਾਣੀ ਮਿਲਣਾ, 100 ਪਿੰਡਾਂ ਨੂੰ ਮਤਲਬ ਸਾਰੇ, ਸਿਰਫ ਜਿਹੜੇ ਉਹ ਮਹਿੰਦੀਪੁਰ ਤੇ ਕਲਸ ਜਿਹੜੇ ਰੇਲਵੇ ਲਾਈਨ ਤੋਂ ਅਗਲੇ ਬੰਨੇ ਆ, ਉਹਦੇ ਥੱਲੇ ਉਹਦੀ ਪਾਈਪ ਨੀ, ਉਹ ਰੇਲ ਗੱਡੀ ਦੀ ਮਨਜ਼ੂਰੀ ਉੱਥੋਂ ਲੈਣੀ ਪੈਣੀ ਦਿੱਲੀਓਂ, ਵੱਖਰਾ ਕੰਮ ਹੈ। ਉਹ ਤੋਂ 100 ਪਿੰਡਾਂ ਦੇ ਵਿੱਚ 218 ਕਿਲੋਮੀਟਰ ਦੀ ਪਾਈਪ ਵਿਛਣੀ, ਜਿਹੜੀਆਂ ਕਾਲੀਆਂ ਪਾਈਪਾਂ ਪਈਆਂ ਵੱਡੀਆਂ ਵੱਡੀਆਂ, 218 ਇੱਥੋਂ ਸਿੱਧੀ ਕਰਕੇ ਪਾਈ ਉਹਦੇ ਚੰਡੀਗੜ੍ਹ ਪਾਣੀ ਪਹੁੰਚ ਸਕਦਾ। ਇਹ ਮੇਰੀ ਸੋਚ ਸੀ ਵੀ ਮੈਂ ਇਲਾਕੇ ਦੇ ਆਪਦੇ ਹਰ ਗਰੀਬ ਦੇ ਘਰ, ਜਿਹੜਾ ਵਿਚਾਰਾ RO ਜਾਂ ਥੱਲੇ ਡੂੰਘਾ ਬੋਰ ਨਹੀਂ ਕਰਾ ਸਕਦਾ, ਉਹ ਟੂਟੀ ਖੋਲੇ ਦੇ ਰਾਵੀ ਦਾ ਸਾਫ਼ ਸੁਥਰਾ ਪਾਣੀ ਪੀਵੇ, ਉਹਨੂੰ ਕਿਸੇ ਹੱਲ ਵੇਖਣ ਦੀ ਲੋੜ ਨਾ ਪਵੇ। ਸੋ ਇਹੋ ਜਿਹੇ ਕੰਮ ਕਰ ਕੀਤੇ ਆ, ਪਰ ਇਹ ਆ ਵੀ ਲੋਕ ਖੁਸ਼ ਕਿਵੇਂ ਹੁੰਦੇ ਆ, ਲੋਕ ਖੁਸ਼ ਹੁੰਦੇ ਆ ਤੇ ਦੋਵਾਂ ਚੋਂ ਨੂੰ ਧੱਸਿਆ ਵੀ ਹੋਵੇ, ਕਿਉਂ ਰਾਜੇ ਉਹ ਗੱਲ ਇਹਨਾਂ ਨੂੰ ਹੈਗਾ ਜਿਹੜੇ ਖਰਾਬ ਕਰਦੇ ਹੁਣ ਐਤਕੀ ਛੰਦ ਨਾ ਵੱਜ ਗਿਆ, ਐਤਕੀ ਬੜਾ ਕੰਮ ਕਲੀਅਰ ਹੋਇਆ, ਬੜਾ ਹੀ ਕੰਮ ਕਲੀਅਰ ਹੋਇਆ, ਝੜ ਵੀ ਗਿਆ ਸਾਰਾ ਕੁਛ ਤੇ ਗੁਰੂ ਮਹਾਰਾਜ ਨੇ ਕਿਰਪਾ ਵੀ ਕਰ ਦੇਣੀ, ਸੀਟ ਵੀ ਜਿੱਤੀ ਜਾਣੀ ਆ, ਸਰਕਾਰ ਵੀ ਬਣ ਜਾਣੀ ਆ, ਤੇ ਜਿਹੜੇ ਲੋਕ ਆਪਣੇ ਵਿੱਚ ਰਹਿ ਕੇ ਆਪਦੇ ਨਿੱਜੀ ਕੰਮਾਂ ਨੂੰ ਆਪਣੇ ਆਪ ਨੂੰ ਕਰਨ ਲਈ, ਤੇ ਜਿਹੜੇ ਪੱਕੇ ਸਾਡੇ ਕਾਂਗਰਸੀ ਸੀ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਿਹਨਾਂ ਨੇ, ਅੱਜ ਉਹਨਾਂ ਦਾ ਬੇੜਾ ਗਰਕ ਹੋਇਆ, ਉਹ ਛੱਡ ਕੇ ਗਿਆ ਸਾਡਾ, ਸਾਡਾ ਵਰਕਰ ਸਾਡਾ ਪੁਰਾਣਾ ਜਿਹੜਾ ਤੁਰਿਆ ਉਹਦਾ ਕੋਈ ਨੀ ਛੱਡ ਕੇ ਗਿਆ, ਜਿਹੜੇ ਆਏ ਆਪਦੇ ਕੰਮ ਕਰਾਏ ਤੇ ਉਹ ਗਏ। ਠੀਕ ਹੈ ਯਾਰ, ਤੁਸੀਂ ਵੋਟਾਂ ਪਾਈਆਂ ਜੇ ਤੁਹਾਨੂੰ ਲੱਗਦਾ ਵੀ ਛੱਡ ਕੇ ਭੱਜ ਜਾਣਾ, ਕਿਉਂ ਦੂਜੇ ਬੰਦੇ ਦਾ ਹੱਕ ਮਾਰਨ ਦਾ ਜੇ ਦੱਸੋ। ਖੇਮ ਕਰਨ ਦੇ ਕਹਿੰਦੇ 3-4 ਕੌਂਸਲਰ ਭੱਜ ਗਏ, ਕਿਹੜੇ ਭੱਜੇ, ਜਿਹਨੂੰ ਵਾਈਸ ਪ੍ਰਧਾਨ ਬਣਾਇਆ, ਇੱਕ ਨੂੰ ਮਾਰਕੀਟ ਕਮੇਟੀ ਦਾ ਬਣਾਇਆ, ਅੱਜ ਤੋਂ 4.5 ਸਾਲ ਪਹਿਲਾਂ ਖੇਮਕਰ ਦਾ ਪ੍ਰਧਾਨ ਚੁਣ ਲਿਆ 4.5 ਸਾਲ ਪਹਿਲਾਂ, ਤੁਸੀਂ ਨਾਰਾਜ਼ ਹੋ ਗਏ ਵੀ ਅਸੀਂ ਬਣਨਾ ਚਾਹੁੰਦੇ ਸੀ, ਠੀਕ ਹੈ ਅਰਗੇ ਜੀ ਕਰਦਾ ਨਹੀਂ ਤੁਹਾਨੂੰ ਸੈਪਟ ਹੋਇਆ, ਤੁਸੀਂ ਉਦੋਂ ਛੱਡੋ ਪਾਰਟੀ, ਕਿਉਂ 4.5 ਸਾਲ ਵਿੱਚ ਰਹਿ ਗਏ ਤੇ ਦੂਜਿਆਂ ਦਾ ਸਾਡੇ ਸਾਥੀਆਂ ਦਾ ਬੇੜਾ ਗਰਕ ਕਰਦੇ ਰਹੇ, ਫਿਰ ਉਦੋਂ ਛੱਡਣੀ ਚਾਹੀਦੀ ਕਿ ਨਹੀਂ ਛੱਡਣੀ ਚਾਹੀਦੀ, ਸਾਨੂੰ ਨੀ ਮਨਜ਼ੂਰ ਵੀ ਅਸੀਂ ਚੱਲੇ ਜਾਓ ਵੀ ਠੀਕ ਹੈ, ਉਦੋਂ ਕਹਿੰਦੇ ਵੀ ਨਹੀਂ ਅਸੀਂ ਮਤਲਬ ਲੈਣੇ ਆ, ਅੰਦਰ ਚੋਰ ਸੀ ਹੇਰਾ ਫੇਰੀ। ਸੋ ਭਰਾਓ ਜਿਹੜੇ ਮਤਲਬ ਪ੍ਰਸਤ ਲੋਕ ਜਿਹੜੇ ਏਦਾਂ ਮੌਕੇ ਬਦਲ ਕੇ ਇੱਧਰ ਤੇ ਉੱਧਰ ਜਿਹੜੇ ਜਾਂਦੇ ਆ ਨਾ, ਇਹ ਕਦੀ ਕਾਮਯਾਬ ਨਹੀਂ ਹੋ ਸਕਦੇ ਕਦੇ।
साहब की एग्जाम्पल ले लो आप पंजवीं पार्टी बदली पंजवीं बारी चौथी बारी पहलो आ गए अकाली दल फिर बीपी पार्टी फिर कांग्रेस ऐतकी आप अगली ने फिर तुम मैं दसिया अगे डिटेल च भी कितने जाना है कौन लगे ये पिछले सो इस करके भराओ ये मतलब प्रस्त लोग ही मतलब प्रस्त लोगों के पिछे लगे किड़े लगे है जो सोचने भी अं पाजे सरपंच जो फलाना हो जाऊगा तो फलाना हो जाऊगा कहावत है ना कि अपना पुछते यार भी नंबरदार कौन है पिंड मुंडा वो मां को पुछता फलाना सिंह वो कहते वो मर गया तो फिर कौन बनू फिर कहते फलाना बनू कहते जो भी मर गया तो फिर कौन बनू फिर कहते फलाना बनू वो कहता मां मैं कदों बनू वो कहता मैं सारा पिंड मर जाए तू नहीं बन सकता यो काम इन्हें मौका प्रस्ता सरदार धर्म सिंह धौना का आप पार्टी आ जाता ना इन्हों जो एम एल ए किसी ने बनना जी तो ना इन्हों के मगर जो पंचियां सरपंचियों लैके तुरे फिरते हैं ना उन्होंने जो किसी ने बनना जी कल एक वीडियो मैंने को विखा रहा है धौना साहब जी वो कह यार मेरी थोड़ा तो इलेक्शन लड़ रहे तुम्हें आप भी इलेक्शन लड़ रहे आपका बदलाव चाहते मेरे सिर से कहना सां चढ़ा जी इधर बदलाव की भविख की बदलाव की गल कर देना लोगों गुमराह कर देना बदलाव तो भराओ कांग्रेस ने करता चार महीने पहलो किया नहीं किया कैप्टन साहब न ला के एक गरीब घर का बच्चा एक मजहबी सिंह साडा भरा रंगरेटा गुरु का बेटा पंजाब की राजनीति की सारे को वड्डी कुर्सी से बिठाता सरदार चरणजीत सिंह ने और भराओ ऐतकी भी ऐलान किया छे तरीक न राहुल गांधी जी प्रधान साहब का ऐलान करके गए बैठा जी बैठे साढ़े प्रधान इन्हों पता है उत्तर सिंह आप कठे ओया अजे ऐलान बन उन्हें जाना वा इत कोई दो रैली गल नहीं चन्नी साहब ने मुख्यमंत्री बनना यह गल तय है पर वेखना आपा भी आपकी सीट जितते हैं तो किनिया वोटा में जितते हैं वह वग ता ही चंगा लगता व्यापारी साहब वग ता ही चंगा लगता जे एक दी कट्ठी बची अपनी बेच हो जे सठ जित के जाने ना उच जे खेम करन दा नुमाइंदा तुहाडा भरा जे बेच होगा ते फिर ही उहदा सुख जिहड़ा उहदा निग जिहड़ा लगे ते खेम करन दे लोकां तक पहुंचना जे उदा कहे तरीके नाल सो ज्यादा टाइम तुहाडा नहीं लैंदा क्योंकि बड़े रजेवे बड़े प्रोग्राम है जो हुक्म लाया वा सारे प्रोग्राम छड के यादविंदर साढ़े नाल आ नीरज हरी छड के सारा फटाफट भज के इधर नूं आए और गुरु महाराज अगे अरदास करदा सच्चे पातशाह भी इदा ही प्यार ते विश्वास जिहड़ा इत्तेफाक जो तुसीं दित्ता वा अज इदा ही बरकरार रहे और मैनूं ताकत बख्शे गुरु महाराज भी तुहाडे वल्लों लाए हर हुक्म दे उत्ते पहरा देंदे होए इमानदारी दे नाल आपदी जिम्मेवारी नाल तुहाडे उत्ते अमरकोट भी जाना दो दिन में भी तैयार है सारे अमरकोट जाने चलो सो तकरीबन प्रोग्राम फाइनल गया सवेर का अमरकोट का सिर्फ हैलीकॉप्टर की परमिशन का चक्कर जा सो सारे ने कल होम होम आके ऐसे तरह जिन्ना सजे बजे जे भिखी विंड का मैं समझना भिखी विंड और जिन्हें भी सारे पिंड ने साडे सत्कार योग मेरे भरा आए हैं आपो अपने पिंड एक भी बंदा पिंड ना रवे जिद को ट्रैक्टर आ ट्राली आ मोटरसाइकिल आ छोटे हाथी आ कोई चीज भी जी है लैके तो आप अमरकोट दाना मंडी 12 बजे तक आप उ पहुंचना उ जिम्मे अपना साढ़े कार्योग अपना भरा उन्हें तो मनोरंजन कर लिया की ना इन्होंने पाई बिला जी के नाल हो बीबी साढ़े बड़े वधिया मनोरंजन किया अपना सर भी कहता है भी कहता साडा उ अरेजमेंट करो तो कल उ भी सदी कि अख्तर कि गुरलाज अख्तर गुरलेज अख्तर है गुरलेज अख्तर ओनू भी क्या आवे तो सारे का मनोरंजन जोड़ा उन्ना चर जिन्ना चर तक चन्नी साहब की आप वेट करा सो वह भी सवेरे उत्थे पहुंच रहे सो सारे भरावान बेनती भी तगड़े होके होम होम आके वही गिनती आप उ पहुंच गए तो आप हाजिरी लवानी है सारे का बहुत बहुत धन्यवाद वाहगुरु जी का खालसा वाहगुरु जी का कर लो
यार